ਸ੍ਰੀ ਅਕਾਲ ਜੀ ਸਾਰਿਆਂ ਨੂੰ। ਆ ਗਏ ਅਸੀਂ ਇੱਕ ਨਵਾਂ ਜਿਹਾ ਵੀਡੀਓ ਲੈ ਕੇ। ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਜਿਹੜੇ ਜਿਹੜੇ ਨਵੇਂ ਹੋ ਅਤੇ ਜਿਹੜੇ ਜਿਹੜੇ ਪੁਰਾਣੇ ਉਹ ਕਰ ਲਿਓ ਕਮੈਂਟ। ਅਤੇ ਵੀ ਇਹ ਜੱਪੂ ਦੇ ਜਸ਼ਨ ਜਾਵੜ ਸਕੂਲ ਅੱਖਾਂ ਬੰਦ ਕਰ ਦਈਏ। ਅਤੇ ਵੀ ਅੱਪੂ ਦੇ ਜਸ਼ਨ ਜਾਵੜ ਸਕੂਲ ਅਤੇ ਲਗਨ ਅਤੇ ਪਰੀ ਅਤੇ ਅਸੀਂ ਬਣਾਵਾਂਗੇ ਅੱਜ ਵੀਡੀਓ। ਹਾਂ, ਵੀਡੀਓ ਪਸੰਦ ਆਵੇ ਤਾਂ ਲਾਈਕ ਜ਼ਰੂਰ ਮਾਰ ਦਿਆ ਕਰੋ ਇੱਕ ਇੱਕ। ਹਾਂ, ਹੁਣ ਹੁਣ ਲਗਨ ਜਾਊਗੀ ਸਕੂਲ, ਫਿਰ ਪਰੀ ਅਤੇ ਮੈਂ ਬਣਾਵਾਂਗੇ ਵੀਡੀਓ, ਹੈ ਨਾ ਪਰੀ? ਪਰੀ ਤੂੰ ਨਾ ਲਈ, ਸੁਣ ਤਿਆਰ ਹੋ ਜਾ, ਫਿਰ ਆਪਾਂ ਵੀਡੀਓ ਬਣਾਵਾਂਗੇ, ਚੰਗਾ? ਨੀ ਮੇਰੀ ਮੁੱਖ, ਨੀ ਕਿਹਦੀ ਜੁੱਖ, ਨੀ ਮੇਰੀ ਮੁੱਖੀ, ਨੀ ਕਿਹਦੀ ਜੁੱਖੀ, ਜੁੱਖੀ ਕਿਹਦੀ ਮੈਂ? ਨਵੇਂ ਨਵੇਂ ਨਾਂ ਰੱਖਦੇ, ਨਵੇਂ ਨਵੇਂ, ਹੈ ਨਾ? ਹਾਂ, ਨਵੇਂ ਨਵੇਂ ਆ ਜਾ ਚੱਲੀ। ਕਿੱਥੇ ਨਾਨੀ ਹੈ? ਖੇਸ ਪਛਾਣੀ ਹੈ ਕਿ ਨੂੰ ਵੀ ਪਛਾਣੀ ਹੈ ਪਈ? ਵੀ ਅੱਜ ਬਣਨ ਜਾ ਰਹੀ ਹੈ ਭਿੰਡੀਆਂ ਦੀ ਸਬਜ਼ੀ। ਰਿਫਾਇੰਡ ਗਰਮ ਰੱਖਤਾ, ਆਹ ਦੇਖੋ ਹੋ ਗਿਆ ਨਾ ਗਰਮ। ਇਸ ਤਰ੍ਹਾਂ ਤੇਲ ਚੈੱਕ ਕਰਦੀ ਹੁੰਦੀ ਹਾਂ ਮੈਂ, ਕਈ ਵਿੱਚ ਇੱਕ ਫਾੜੀ ਸਿੱਟ ਕੇ ਕਰਦੇ ਹਾਂ ਨਾ, ਤੇਲ ਨੂੰ ਆਪਾਂ ਛੇੜਾਂਗੇ ਨਾ ਉਵੇਂ ਤੇਲ 'ਚ ਪਟਾਕੇ ਪੈਣਗੇ, ਇੱਦਾਂ ਮਤਲਬ ਹੈ ਤੇਲ ਗਰਮ ਹੋ ਗਿਆ। ਨਾਲੇ ਕੜਛੀ ਜਮ੍ਹਾਂ ਸੁੱਕੀ ਸੀ। ਆਪਾਂ ਪਾਤੇ ਹਾਂ ਪਿਆਜ਼, ਪਿਆਜ਼ਾਂ ਨੂੰ ਆਪਾਂ ਲੈਂਦੇ ਹਾਂ ਭੁੰਨ, ਗੰਢਿਆਂ ਨੂੰ, ਅਤੇ ਗਿਆ ਪਾਤੀ ਆਪਾਂ ਹਲਦੀ। ਕਈ ਕਹਿੰਦੇ ਆ ਵੀ ਭਿੰਡੀਆਂ 'ਚ ਹਲਦੀ ਮਗਰੋਂ ਪਾਉਣੀ ਚਾਹੀਦੀ ਹੈ ਕਿਉਂਕਿ ਮਸਾਲਾ ਛੇ ਥੱਲੇ ਚਿੰਬੜ ਜਾਂਦਾ, ਪਰ ਫਿਰ ਹੈ ਨਾ ਮੈਂ ਕਈ ਵਾਰੀ ਪਰਤਿਆ ਆ ਭਿੰਡੀਆਂ ਫਿੱਕੀਆਂ ਬਣਦੀਆਂ, ਤਾਂ ਵੀ ਮੈਂ ਇਹਦੇ ਵਿੱਚ ਮਿਰਚਾਂ ਪਾਤੀਆਂ। ਇਹ ਮਿਰਚਾਂ ਹੈ ਵੀ ਦੂਜੀਆਂ, ਜਿਹਨੂੰ ਅਸੀਂ ਜੋਧਪੁਰੀ ਮਿਰਚਾਂ ਕਹਿੰਦੇ ਹਾਂ ਨਾ, ਜ਼ਿਆਦਾ ਕੌੜੀਆਂ ਹੈ ਨਹੀਂ ਇਹ ਉਹ ਮਿਰਚਾਂ। ਨਮਕ ਵਾਲਾ ਖੋਲੀ ਮੇਰੇ ਨਾਲ, ਇਹ ਨਹੀਂ ਜੜਦੇ। ਆ ਵੀ ਨਮਕ ਸ਼ਮਕ ਥੋੜ੍ਹਾ ਹੋਰ ਪਾ, ਤਾਂ ਵੀ ਤਿੰਨ ਹੀ ਚੀਜ਼ਾਂ ਪਾਊਂਗੀ, ਥੋੜ੍ਹਾ ਜਿਹਾ ਹੋਰ ਪਾ, ਥੋੜ੍ਹੀ ਮਿਰਚੀ ਜ਼ਿਆਦਾ ਪਾਈ ਹੈ ਨਾ, ਤਾਂ ਵੀ ਮੇਰਾ ਹਲਪਰ ਬੰਦਾ ਕਮਜ਼ੋਰ ਹੈ, ਤਾਂ ਫਿਰ ਤਿੰਨ ਵਾਰੀਆਂ 'ਚ ਪਾਇਆ ਨਮਕ। ਲਿਆਓ ਵੀ ਭਿੰਡੀਆਂ ਲਿਆਓ, ਉਹਦੇ ਵਿੱਚ ਪਈਆਂ ਦੋ ਮਿਰਚਾਂ, ਉਹ ਇਹਦੇ 'ਚ ਰੱਖ ਲਈ ਹਰੀ ਸ਼ਰੀ ਮਿਰਚ। ਤਾਂ ਵੀ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਖਾਇਓ। ਤਾਂ ਵੀ ਇੱਕ ਮੁੰਡੇ ਨੇ ਕਮੈਂਟ ਕਰਿਆ ਸੀ ਵੀ ਮੈਨੂੰ ਭਿੰਡੀਆਂ ਦੀ ਸਬਜ਼ੀ ਭਰਮੀਆਂ ਦੀ ਬਣਾ ਕੇ ਦਿਖਾਓ, ਅਤੇ ਅੱਜ ਸਾਡੇ ਇਸ ਤਰ੍ਹਾਂ ਬੱਦਲ ਹੈ ਦੇਖੋ ਇਸ ਤਰ੍ਹਾਂ, ਤਾਂ ਅਸੀਂ ਜਵਾਕਾਂ ਦੀ ਰੋਟੀ ਭੇਜਣੀ ਹੈ। ਇੱਕ ਵਾਰ ਚੁੱਪ ਕਰ ਜਾਓ, ਤਾਂ ਇਸ ਤਰ੍ਹਾਂ ਐਂ ਬੱਦਲ ਹੋਇਆ ਖੜਾ। ਜਵਾਕਾਂ ਦੀ ਰੋਟੀ ਭੇਜਣੀ ਹੈ ਇਸ ਕਰਕੇ ਅੱਜ ਤਾਂ ਮੈਨੂੰ ਟਾਈਮ ਨਹੀਂ ਲੱਗਿਆ, ਅਤੇ ਮੈਂ ਇਸ ਤਰ੍ਹਾਂ ਦੀਆਂ ਲੰਮੀਆਂ ਭਿੰਡੀਆਂ ਕੱਟੀਆਂ, ਅਤੇ ਇਹ ਵੀ ਭਰਮੀਆਂ ਵਰਗੀਆਂ ਹੀ ਬਣਨਗੀਆਂ, ਪਰ ਤੁਹਾਨੂੰ ਭਰਮੀਆਂ ਵੀ ਦੱਸ ਦਿਆਂਗੇ। ਤਾਂ ਵੀ ਇਹਨਾਂ ਨੂੰ ਆਪਾਂ ਕਰ ਲੈਂਦੇ ਹਾਂ ਮਿਕਸ, ਅਤੇ ਭਿੰਡੀਆਂ ਛੇਤੀ ਬਣਾਉਣੀਆਂ ਹੁਣ ਇਸ ਵਾਸਤੇ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤਾਂ ਵੀ ਇਹ ਕੱਟ ਲਈ ਹੈ ਹਰੀ ਮਿਰਚ,
ਵੀ ਇਸ ਤਰ੍ਹਾਂ ਆਪਾਂ ਭਿੰਡੀਆਂ ਬਣਾਵਾਂਗੇ ਨਾ, ਭਿੰਡੀਆਂ 'ਚ ਕਦੇ ਵੀ ਜ਼ਿਆਦਾ ਪਿਆਜ਼ ਨਹੀਂ ਪਾਉਣੇ ਚਾਹੀਦੇ, ਕਿਉਂਕਿ ਫਿਰ ਉਹ ਪਿਆਜ਼ਾਂ ਵਾਲਾ ਜਿਹਾ ਹੀ ਉਸ 'ਚ ਸਵਾਦ ਆਉਂਦਾ ਰਹਿੰਦਾ ਖਾਂਦੇ ਹਾਂ ਜਦੋਂ, ਭਿੰਡੀ ਵਾਲਾ ਨਹੀਂ ਆਉਂਦਾ। ਤਾਂ ਵੀ ਇਸ ਤਰ੍ਹਾਂ ਕਰਕੇ ਆਪਾਂ ਭਿੰਡੀਆਂ ਲੰਮੀਆਂ ਲੰਮੀਆਂ ਕੱਟ ਕੇ ਬਣਾਵਾਂਗੇ ਨਾ, ਤਾਂ ਇਹਨਾਂ ਦੀ ਸਬਜ਼ੀ ਜ਼ਿਆਦਾ ਲੱਗੂਗੀ ਆਪਾਂ ਨੂੰ। ਅਤੇ ਆਪਾਂ ਗੋਲ ਗੋਲ ਕੱਟ ਕੇ ਬਣਾਵਾਂਗੇ ਨਾ, ਉਹਦੀ ਸਬਜ਼ੀ ਥੋੜ੍ਹੀ ਹੋ ਜੂ। ਇਸ ਕਰਕੇ ਜਿਨ੍ਹਾਂ ਦਾ ਸਾਡੇ ਵਾਲ ਤਰ੍ਹਾਂ ਟੱਬਰ ਹੈ, ਲਿਆਓ ਵੀ ਢੱਕਣ, ਤਾਂ ਉਹ ਵੀ ਸਾਰੇ ਜਣੇ ਸਬਜ਼ੀ ਐਵੇਂ ਹੀ ਬਣਾ ਕੇ ਖਾਇਓ। ਅਤੇ ਹੁਣ ਵੀ ਇੱਕ ਤਰੀਕਾ ਖੇਤੀ ਬਣਾਉਣ ਦਾ ਦੱਸਦੇ ਹਾਂ ਤੁਹਾਨੂੰ। 5 ਮਿੰਟ ਤਾਂ ਇਹਨੂੰ ਐਂ ਕਰਕੇ ਢੱਕ ਦੇਣੀ ਹੈ, 5 ਮਿੰਟਾਂ ਬਾਅਦ ਇਹਨੂੰ 5 ਮਿੰਟ ਢੱਕਣ ਲਾ ਦੇਣਾ, ਫਿਰ 5 ਮਿੰਟ ਢੱਕਣ ਦੇ ਦੇਣਾ, ਬਸ ਫਿਰ ਸਬਜ਼ੀ ਹੋਜੂ ਤਿਆਰ ਆਪਣੀ। ਸਾਵਨ ਕਾ ਮਹੀਨਾ ਆਇਆ ਹੈ, ਗਟਾਂ ਤੇ ਬਰਸਾ ਹੈ ਪਾਣੀ। ਅਭੀ ਹੁਣ ਆਪਾਂ ਇਹਦਾ ਢੱਕਣ ਲਾ ਲੈਂਦੇ ਹਾਂ। ਆਹ ਦੇਖੋ ਸਾਰੀਆਂ ਭਿੰਡੀਆਂ ਨੂੰ ਉੱਠਾ ਜਾਇਆ, ਇਹਨੂੰ ਢੱਕ ਕੇ ਨਹੀਂ ਛੱਡਣੀ। ਢੱਕ ਕੇ ਛੱਡਤੀ ਨਾ ਤੁਸੀਂ, ਤਾਂ ਫਿਰ ਇਹਦੇ ਵਿੱਚ ਲਾਲਾਂ ਬਣ ਜਾਣਗੀਆਂ ਤਾਰਾਂ। ਤਾਂ ਬਸ ਆਹ ਸਾਰੀਆਂ ਭਿੰਡੀਆਂ ਨੂੰ ਮੁੜਕਾ ਆ ਗਿਆ, ਅਤੇ ਭਿੰਡੀਆਂ ਥੱਲੇ ਠਸਕੀਆਂ ਨਾਲ ਦੀ ਨਾਲ। ਤਾਂ ਵੀ ਕਈ ਵਾਰੀ ਆਪਾਂ ਵੇਖਦੇ ਹਾਂ ਵੀ ਭਿੰਡੀਆਂ ਰਿੱਝੀਆਂ ਨਹੀਂ ਹੁੰਦੀਆਂ, ਬਹੁਤ ਸਾਰਾ ਟਾਈਮ ਲੱਗ ਜਾਂਦਾ, ਭਿੰਡੀਆਂ ਕਰੜੀਆਂ ਪਈਆਂ ਹੁੰਦੀਆਂ। ਉਹ ਆਹੀ ਕਾਰਨ ਹੁੰਦਾ ਵੀ ਭਿੰਡੀਆਂ ਰਿੱਝਦੀਆਂ ਨਹੀਂ, ਉਤਲਾ ਮਸਾਲਾ ਬਲ ਜਾਂਦਾ। ਅਤੇ ਤੁਸੀਂ ਇਸ ਤਰ੍ਹਾਂ ਕਰੋਗੇ ਨਾ, ਦੇਖੋ ਥੱਲੇ ਮਸਾਲਾ ਨਹੀਂ ਚਿਪਕਿਆ ਨਾ, ਟੱਕ ਟੱਕ ਕੇ ਪਕਾਉਂਗੇ, ਅਤੇ ਥੋੜ੍ਹਾ ਚਿਰ ਨੰਗੀਆਂ ਰੱਖੋਗੇ ਫਿਰ ਢੱਕੋਗੇ, ਥੋੜ੍ਹਾ ਚਿਰ ਨੰਗੀਆਂ ਰੱਖੋਗੇ ਫਿਰ ਢੱਕੋਗੇ। ਤਾਂ 2-3 ਵਾਰੀਆਂ 'ਚ ਐਵੇਂ ਕਰਕੇ ਅਤੇ ਸਬਜ਼ੀ ਬਹਿੰਦੀ ਬਣ ਜੂਗੀ। ਅਸੀਂ ਬਣਾਉਂਦੇ ਹਾਂ ਚੁੱਲ੍ਹੇ 'ਤੇ ਹਰੇਕ ਸਬਜ਼ੀ। ਬਾਅਦ ਟੇਲਰ ਸਾਹਿਬ ਬਾਤ ਕਰਾਂ, ਟੇਲਰ ਸਾਹਿਬ ਕਰੋ ਕਿ ਕੀ ਕਰਿਆ? ਆਹ ਮਸਾਲਾ ਪੱਟੇ ਸਾਰਾ ਤੂੰ, ਆ ਸਾਰਾ ਤੂੰ ਪੱਟਿਆ, ਲੱਗਣੀ ਕਿੱਥੇ ਆ? ਹੈਂ ਲੱਗਣੀ ਅੰਮ੍ਰਿਤਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ, ਤੂੰ ਕਰੇ ਨਾ ਆਕੜ ਵੇ ਮੈਂ ਸਹਿੰਦੀ ਨਾ, ਛਪਾ ਛਪਾ ਤੇਰੀ ਬੋਦੀ ਮੇਰੇ ਹੱਥ, ਮੇਰੀ ਗੁੱਤ ਤੇਰੇ ਹੱਥ, ਜੇ ਤੂੰ ਰੱਖਣਾ ਹੈ ਰੱਖ, ਜੇ ਤੂੰ ਕੱਢਣਾ ਹੈ ਕੱਢ, ਮੈਂ ਹੀ ਤੇਰੇ ਨਾਲ ਕੱਟੀਆਂ ਅਤੇ ਹੋਰ ਕੋਈ ਕੱਟੇ ਵੀ ਨਾ, ਮੈਂ ਹੀ ਤੇਰੇ ਨਾਲ ਕੱਟੀਆਂ ਅਤੇ ਹੋਰ ਕੋਈ ਕੱਟੇ ਵੀ ਨਾ।
ਮਈਓ ਤੇਰੇ ਨਾਲ ਵਸੀਆਂ ਤੇ ਹੋਰ ਕੋਈ ਵਸੇ ਵੀ ਨਾ। ਤੂੰ ਨਾ ਮਿੱਟੀ ਨਾ ਖਾਇਆ ਕਰ, ਮੂੰਹ ਖੋਲ। ਹਾਂ, ਇੱਕ ਦਿਨ ਪਹਿਲਾਂ ਵੀ ਆਈ ਸੀ, ਤੁਹਾਡੇ ਹਾਂ ਫੈਨ ਫੋਲੋਇੰਗ ਵਾਹਵਾ ਉਹਨਾਂ ਦੀ। ਉਹ ਫਿਰ ਉਹ ਰੀਲ ਵਾਲੇ ਤਰ੍ਹਾਂ ਕ੍ਰੀਏਟ ਕਰਦੇ ਆ ਨਾ। ਸਾਡੇ ਵੀ 17,000 ਸਬਸਕ੍ਰਾਈਬਰ ਹੋ ਗਏ ਅੱਜ, 20-25 ਦਿਨ ਹੀ ਮੈਂ ਵਿਹਲਾ, ਹੋਰ ਉਨੇ ਕੁ ਦਿਨਾਂ 'ਚ ਹੋ ਹੀ ਜਾਣ। 4,000 ਘੰਟੇ ਹੋਏ ਨਹੀਂ ਕਿ ਪੂਰੇ ਹੋ ਗਏ? ਕੱਲ੍ਹ ਪਰਸੋਂ ਅਪਲਾਈ ਕਰਨਾ ਹੈ ਮੋਨੋਟਾਈਜੇਸ਼ਨ, ਮੈਂ 7 ਦਿਨਾਂ ਬਾਅਦ ਕਰਨਾ ਸੀ, 2-3 ਦਿਨ ਹੋ ਗਏ, 2-3 ਦਿਨ ਹੋਰ ਹੋ ਜਾਣ। ਲਵਰ ਫਲੂਰ ਬਹੁਤ ਪਾ ਲਿਆ ਤੁਸੀਂ, ਨਵਾਂ ਡਿਜ਼ਾਈਨ ਕਰਕੇ ਹੱਟ ਕੇ ਡਿਜ਼ਾਈਨ 4 ਦਿਨ ਲਾਵਾ ਡਿਜ਼ਾਈਨ ਤੇ ਅਵਗਣੇ ਹੀ ਪਾ ਲਿਆ, ਨਵੀਂ ਚੀਜ਼ ਆਈ ਹੈ ਸਰਦਾਰੀ ਆਈਟਮ ਆ। ਲਾਵਰ ਪ੍ਰਿੰਟ ਛੋਟੀਆਂ ਮੋਟੀਆਂ ਏਸੀ ਜੇ ਬੰਦੇ ਪਿੱਛੇ ਤਾਂ ਚੁੱਲ੍ਹਾ ਦੀ ਨਾ, ਪਰ ਬੈਠ ਹੀ ਗਏ ਇੱਥੇ ਆ ਕੇ ਮੰਜੇ ਤੇ। ਅਤੇ ਮੈਂ ਲਿਆਈ ਵੀ 2 ਸੂਟ, 2 ਸੂਟ 500 ਦੇ, ਇੱਕ ਆਹ ਸੂਟ ਅਤੇ ਇੱਕ ਆਹ।
ਦੇਖੋ ਕਿੰਨਾ ਸੋਹਣਾ ਸੂਟ ਹੈ, ਅਤੇ 500 ਦੇ ਦੋ ਲੈ ਕੇ ਆ ਗਈ ਦਵਾ ਦਾ ਘਰੇ, ਹੈ ਨਾ ਆਪੂ ਭਾਬੀ? ਹੁਣ ਜਸ਼ਨ ਦੀ ਹੋਊਗੀ ਸੁਪਰ ਦੁਲਾਈ, ਆਪਾਂ ਦੇਖਾਂਗੇ। ਜੇ ਜਸ਼ਨ ਨੇ ਮੇਰੇ ਫੋਨ ਦੇ ਵਿੱਚ ਗੇਮ ਡਾਊਨਲੋਡ ਕਰਿਆ ਹੋਇਆ ਫਿਰ ਜਸ਼ਨ ਦੇ ਪੈਣੀ ਆ, ਅੱਜ ਪੈਣੀ ਹੈ ਤੇਰੇ ਅੱਜ। ਐਸੇ ਨਹੀਂ ਕਰਦਾ ਬਸ ਗਿਆ, ਮੈਂ ਗੇਮ ਹਟਾ ਕੇ ਗਿਆ ਸੀ, ਲੈ ਵੀ ਬਚ ਗਿਆ ਬਚ ਗਿਆ ਵੀ ਬਚ। ਫਿਰ ਮੈਂ ਇਹਨੂੰ ਕਿਹਾ ਸੀ ਵੀ ਤੇਰੇ 11 ਮੁੱਕੇ ਪੈਣੇ ਆ ਆਨਲਾਈਨ ਆਨਲਾਈਨ। ਚਲੋ ਵੀ ਬਣ ਗਿਆ ਵੀਡੀਓ, ਅਤੇ ਅੱਜ ਦੇ ਵੀਡੀਓ ਨੂੰ ਕਰਦੇ ਆ ਐਂਡ, ਲਾਈਕ ਸ਼ੇਅਰ ਕਮੈਂਟ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ, ਅਤੇ ਪੁਰਾਣੇ ਨਵੇਂ ਸਾਰੇ ਕਰ ਲਿਓ ਕਮੈਂਟ, ਸੂਟ ਕਿਹੋ ਜਿਹੇ ਲੱਗੇ ਤੁਹਾਨੂੰ ਅੱਜ ਦੇ ਵੀਡੀਓ ਨੂੰ। ਇੱਥੇ ਹੀ ਐਂਡ, ਬਾਏ ਬਾਏ ਬੋਲਦੇ ਰਿੰਕੂ, ਉਹ ਤਾਂ ਭੱਜ ਗਏ। ਬਾਏ ਬਾਏ ਜੀ, ਮਿਲਦੇ ਰਹੋ, ਅਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਅਤੇ ਨਾਲੇ ਵੀ ਛੇਤੀ ਛੇਤੀ 1 ਲੱਖ ਸਬਸਕ੍ਰਾਈਬਰ ਕਰਾ ਦਿਓ, ਛੇਤੀ ਛੇਤੀ। ਅਤੇ ਨਾਲੇ ਮੈਂ ਦੇਖੋ ਨਵਾਂ ਸੂਟ ਪਾਇਆ ਕਰੇ, ਪਰ ਮੈਂ ਸੂਟ ਤਾਂ ਮੇਰੇ ਇਹੋ ਜਿਹੇ ਹੁੰਦੇ ਫਿੱਕੇ ਫਿੱਕੇ, ਨਵਾਂ ਸੂਟ ਘਰੇ ਪਾਇਆ ਮੈਂ ਇਹ, ਅਤੇ ਵੀ ਬਾਹਾਂ ਛੋਟੀਆਂ ਰਹਿ ਗਈਆਂ ਸੀ, ਜਿਹਨਾਂ ਜਿਹਨਾਂ ਦੀਆਂ ਬਾਹਾਂ ਐਵੇਂ ਘੱਟ ਬਣਨ ਨਾ ਪੂਰੀਆਂ ਪਾਉਂਦੀਆਂ ਹੁਣ, ਤਾਂ ਫਿਰ ਐਵੇਂ ਲੈਸ ਲਾ ਕੇ ਡਿਜ਼ਾਇਨ ਬਣਾ ਕੇ ਅਤੇ ਐਵੇਂ ਕਰ ਲੈਣ। ਤਾਂ ਚਲੋ ਜੀ ਠੀਕ ਹੈ, ਬਾਏ ਬਾਏ। ਮੱਗੋ ਆ ਗਈ ਸਾਡੀ, ਮੱਗੂ ਆ ਗਈ, ਗੁੱਡੀ ਲੈ ਕੇ ਗਈ ਸੀ ਵੀ ਕੁੜੀਆਂ ਦੇ ਨਾਲ ਖੇਡਣ, ਅਤੇ ਸਾਡੇ ਇੱਥੇ ਕੁੜੀਆਂ ਹੈ ਘਰਾਂ 'ਚ 3-4 ਕੁੜੀਆਂ, ਉਹਨਾਂ 'ਚ ਛੋਟੀ ਛੋਟੀਆਂ, ਅਤੇ ਇਹ ਉਹਨਾਂ ਨਾਲ ਉੱਠ ਜਾਂਦੀ ਹੈ ਖੇਡਣ, ਅਤੇ ਅੱਜ ਇਹ ਗੁੱਡੀ ਲੈ ਕੇ ਗਈ ਸੀ, ਗੁੱਡੀ ਲੈ ਕੇ ਹੀ ਆ ਗਈ। ਗੁੱਡੀ ਦੇ ਬੂਟ ਉੱਥੇ ਰੱਖੇ ਪਰੀ ਨੇ ਇਹਦੇ ਵਿੱਚ ਬਾਲਟੀ ਦੇ, ਹਾਂ ਪਾਲਦੀ ਆਰਾਮ ਨਾਲ, ਪਾਲਦੀ ਸਮਾਨ ਸਾਰਾ ਖਿਲਾਰਨਾ ਪਊਗਾ। ਹਾਂ ਹਾਂ, ਚੱਲ ਹੁਣ ਨਾਨੂ ਲੀ ਚੰਗਾ, ਅੱਪੂ ਰੱਖਿਆ ਬੁਰਛ ਅੰਦਰ, ਬੁਰਛ ਅੰਦਰ ਰੱਖਿਆ।